सत श्री अकाल, तुसी PNCN देख रहे हो। जिवें कि कैनेडा दे विच पिछले कुछ साल के अंदर ही लखां दी गिणती विच पंजाबियों की गिणती वध हुई है। पंजाब तो वड्डी गिणती पंजाबी कैनेडा दे विच आ रहे ने, अपनी नवी जिंदगी नूं शुरू कर रहे ने। जिवें ही यह गिणती वध हुंदी जा रही है, भाईचारा होर वड्डा हुंदा जा रहा है, तां नाल ही पंजाबी भाषा रोज़गार की भाषा भी लगातार बनती जा रही है, ते नाल ही पंजाबियों नूं कैनेडा विच मिलण वालियां सहूलतां दे विच भी वाधा हुंदा जा रहा है, जो कि मरदमशुमारी दे अंकड़े भी तय करते हैं कि जो पंजाबी भाईचारे दे विच जां फिर होर जिहड़े भी भाईचारियां दे विच सहूलतां दित्तियां जांदियां ने, उन्हां दी गिणती मुताबक उस संबंधी जिवें कि ग्रांट्स दित्तियां जांदियां ने, उस संबंधी भी सारे अगे फैसले लए जांदे ने। ते जो ताज़ा मरदमशुमारी हुई उस दे विच पंजाबियां दी गिणती दे बारे जो जानकारी सामने आई है, उस दे बारे हुण तुहानूं असीं दस्सांगे। प्ली यानी कि पंजाबी लैंग्वेज एजुकेशन एसोसीएशन दे प्रधान बलवंत सिंह संघेड़ा ने PNCN दे उत्ते सारी जानकारी सांझी कीती है कि जो यह ताज़ा अंकड़े सामने आए हैं उसके बारे, पंजाबी बोलन वालियां दी गिणती, पंजाबी भाषा नूं समझण वाले ते पंजाबी भाईचारे दे विच मौजूद लोगों की गिणती कैनेडा विच किस तरह वध हुई है, ते मौजूदा की जो अंकड़े सामने आए हैं उसके बारे हुण तुहाडे नाल वी असीं जानकारी सांझी करांगे। सब तो पहला तो थोड़ा PNCN दे उत्ते बहुत बहुत स्वागत है। बहुत बहुत धन्यवाद पुनीत जी। जिवें कि गल कर रहे हैं कि पंजाबी भाईचारा कैनेडा दे विच इस समय लगातार वड्डी गिणती विच वाधा भी हो रहा है, ते कई सालों तो पंजाबियों ने इत्थे आना शुरू किया कई साल पहला तो, ते इस दे बारे आपां पहला भी कई बार जानकारी भी सांझी कर चुके हैं, ते इस समय दे ताज़ा अंकड़े ते जानकारी नूं लैके तुसीं साडे नाल अपने वल्लों जरूर साझा करो। हाँ जी प्रनीत, जिवें तुसीं जानदे हो कि कैनेडा विच हर 5 साल बाद मरदमशुमारी हुंदी आ, सेंसस जिहनूं आपां कहिंदे आ। 2016 विच जिहड़ी सेंसस होई सी उहदे मुताबक 568,375 अपने सीगे मैंबर जिहनी पंजाबी अपनी मां बोली लिखी, ते जिहड़ा जिहड़ी 2021 दी ਜਦ ਰਿਜ਼ਲਟ ਆਏ ਸੈਂਸਸ ਦੇ ਤਾਂ ਉਹਦੇ ਮੁਤਾਬਕ ਉਦੋਂ ਇਨਫੋਰਮੇਸ਼ਨ ਪੂਰੀ ਨਾ ਸੀਗੀ ਸਾਨੂੰ ਮਿਲੇ। ਉਹ ਨਹੀਂ ਦੱਸਿਆ ਕਿ 5,20,000 ਆ ਸਪੀਕਰ ਜਿਹੜੇ ਪੰਜਾਬੀ ਜਿਹਨਾਂ ਦੀ ਮਾਂ ਬੋਲੀ ਆ। ਸਾਨੂੰ ਬੜੀ ਹੈਰਾਨੀ ਹੋਈ। ਸੋ ਪਿਛਲੇ 2-3 ਹਫ਼ਤੇ ਤੋਂ ਫਿਰ ਮੈਂ ਫੋਲੋਅਪ ਕਰ ਰਿਹਾ ਆਪਣੀ ਸਟੈਟਿਸਟਿਕਸ ਕੈਨੇਡਾ ਦੇ ਨਾਲ। ਫਾਈਨਲੀ ਹੁਣ ਪਿਕਚਰ ਥੋੜ੍ਹੀ ਜਿਹੀ ਕਲੀਅਰ ਹੋਈ ਆ। ਇਸ ਤਰ੍ਹਾਂ ਹੋਇਆ ਪ੍ਰੀਤ, ਜਿਹੜਾ ਆਪਣਾ ਸੈਂਸਸ ਸੀ ਨਾ ਮਰਦਮਸ਼ੁਮਾਰੀ, ਉਹ May 10, 2021 ਵਿੱਚ ਕੀਤੀ ਗਈ ਸੀ। ਉਹਦੇ ਵਿੱਚ ਉਹਨੇ 3 ਕੈਟੇਗੋਰੀਜ ਬਣਾਈਆਂ। ਇਹ ਪਹਿਲੀ ਕੈਟੇਗੋਰੀ ਤੇ ਸੀਗੀ ਕੁਐਸਚਨ ਜਿਹੜਾ ਸੀਗਾ, ਤੁਹਾਡੀ ਮਾਂ ਬੋਲੀ ਕਿਹੜੀ ਆ। ਉਹਦੇ ਮੁਤਾਬਕ ਪਨੀਰ, ਆਮ ਰੀਲੀ ਸਰਪ੍ਰਾਈਜ਼, ਔਰ ਅਸੀਂ ਸਰਪ੍ਰਾਈਜ਼ ਹਾਂ, ਜਿੱਦਾਂ 763,785 ਆਪਣੇ ਸੀਗੇ ਪੰਜਾਬੀ ਸਪੀਕਰਸ। ਸੋ ਅਸੀਂ ਇੰਗਲਿਸ਼ ਨੰਬਰ 1 ਜਿਹੜੇ ਤਕਰੀਬਨ 21 million ਸੀਗੇ, ਫ੍ਰੈਂਚ ਨੰਬਰ 2 ਤਕਰੀਬਨ 7.5 million ਸੀ ਜਿਹਨਾਂ ਦੇ, ਤਾਂ 763,785 ਆਪਣੇ ਸੀਗੇ। ਸੋ ਜਿੱਦਾਂ ਆਪਾਂ ਨੰਬਰ 3 ਤੇ ਆ ਗਏ ਸੀਗੇ ਜਿੱਥੋਂ ਦੇ ਮਾਂ ਬੋਲੀ ਦਾ ਕੰਸਰਨ ਆ, ਔਰ ਮੈਂਡਰਿਨ ਸੀਗੀ ਆਪਣੇ ਤੋਂ ਪਿੱਛੇ 8,57,25. ਬਈ ਹੋਰਨਾਂ ਜਵਾਨਾਂ ਦੇ ਨਾਲ ਤੁਸੀਂ ਤੁਹਾਡੀ ਪੰਜਾਬੀ ਮਾਂ ਬੋਲ, ਤੁਹਾਡੀ ਜਵਾਨਾਂ ਅਫੀਸ਼ੀਅਲ ਲੈਂਗੁਏਜ ਤੋਂ ਬਿਨਾਂ, ਫ੍ਰੈਂਚ ਔਰ ਇੰਗਲਿਸ਼ ਤੋਂ ਬਿਨਾਂ ਕਿਹੜੀਆਂ ਜਵਾਨਾਂ ਤੁਸੀਂ ਬੋਲਦੇ ਹੋ? ਪਰ ਕਿਤੇ ਕੋਈ ਬੰਦਾ 4 ਜਵਾਨਾਂ ਬੋਲਦਾ, ਉਰਦੂ, ਹਿੰਦੀ, ਪੰਜਾਬੀ, ਇੰਗਲਿਸ਼, ਉਹਦੇ ਵਿੱਚ ਆਪਾਂ ਪੰਜਾਬੀ ਕਾਊਂਟ ਹੋ ਜਾਂਦੇ ਹਾਂ। ਉਹ ਜਿਹੜੀ ਫਿਗਰ ਆ, ਦੇ ਆਰ ਮੋਰ ਕੰਪਰੀਹੈਂਸਿਵ। ਉਹਦੇ ਮੁਤਾਬਕ ਪਨੀਤ ਆਪਣੇ 942,170 ਗਿਣਤੀ ਆ। ਸੋ ਸਾਨੂੰ ਕਾਫੀ ਦੇਰ ਤੋਂ ਇਸੀ ਗੱਲ ਦੀ ਸ਼ੱਕ ਸੀ ਕਿ ਸਾਡੀ ਜਿਹੜੀ ਕਮਿਊਨਿਟੀ ਦੀ ਪੰਜਾਬੀਆਂ ਦੀ ਗਿਣਤੀ ਆ, ਆਲਮੋਸਟ 1 million ਹੈਗੀ ਆ, ਇਫ ਨਾਟ ਮੋਰ ਦੈਨ ਦੈਟ।
ਸੋ ਇਹ ਕਾਫੀ ਕਲੋਜ਼ ਆ ਜਾਂਦਾ 1 ਮਿਲੀਅਨ ਦੇ ਨੰਬਰ ਸੋ ਇਸ ਕਰਕੇ ਸਾਨੂੰ ਬੜੀ ਖੁਸ਼ੀ ਆ ਕਿ ਆਪਣੀ ਗਿਣਤੀ ਪਿਛਲੇ 5 ਸਾਲਾਂ ਵਿੱਚ ਕਾਫੀ ਵੱਧ ਗਈ ਆ ਔਰ ਇਸ ਵੇਲੇ ਆਪਾਂ ਟੋਟਲੀ ਇੱਕ ਪਾਸੇ ਦੇਖਿਆ ਜਾਵੇ ਤਾਂ ਪੰਜਾਬੀ ਨੰਬਰ 3 ਤੇ ਵੀ ਆ ਲੇਕਿਨ ਦੂਜੇ ਪਾਸੇ ਦੇਖਿਆ ਜਾਵੇ ਤਾਂ ਨੰਬਰ 4 ਤੇ ਵੀ ਆ ਕਿਉਂਕਿ ਆਪਣਾ ਮੈਂਡਰਨ ਨਾਲ ਮੋਰ ਮੁਕਾਬਲਾ ਮੈਂਡਰਨ ਕਦੇ ਆਪਣੇ ਤੋਂ ਅੱਗੇ ਹੋ ਜਾਂਦੀ ਆ ਕਦੇ ਆਪਣੇ ਤੋਂ ਪਿੱਛੇ ਸੋ ਇਸ ਕਰਕੇ ਸਾਨੂੰ ਬੜੀ ਖੁਸ਼ੀ ਦੀ ਗੱਲ ਆ ਔਰ ਦੂਸਰੇ ਨਹੀਂ ਤੁਸੀਂ ਪੁੱਛਿਆ ਉਹਨਾਂ ਨੂੰ ਵੀ ਪੰਜਾਬੀ ਵੱਸਦੇ ਕਿਵੇਂ ਆ ਕਿੱਥੇ ਕਿੱਥੇ ਪੰਜਾਬੀਆਂ ਦੀ ਬੜੀ ਹੈਰਾਨੀ ਦੀ ਗੱਲ ਆ ਕਿ ਕੈਨੇਡਾ ਦੇ ਹਰ ਇੱਕ ਸੂਬੇ 'ਚ ਔਰ ਯੂਨੀਅਨ ਟੈਰੀਟੋਰੀ ਵਿੱਚ ਪੰਜਾਬੀ ਵੱਸਦੇ ਆ ਈਵਨ ਜਿਹੜੀ ਨੌਰਥ ਵੈਸਟ ਟੈਰੀਟੋਰੀ ਹੈ ਨਾ ਜਿਹੜੀ ਨੌਰਥ ਨਾਰਥਰਨ ਮੋਸਟ ਆ ਕੈਨੇਡਾ ਦਾ ਪਾਰਟ ਵੀ ਉਹਦੇ ਵਿੱਚ 400 ਪੰਜਾਬੀ ਵੱਸਦੇ ਆ ਸੋ ਦੈਟ ਵਾਸ ਵੈਰੀ ਇੰਟਰਸਟਿੰਗ ਵੈਸੇ ਦੇਖਿਆ ਜਾਵੇ ਤਾਂ ਓਨਟੇਰੀਓ 'ਚ ਸਾਰਿਆਂ ਨੂੰ ਜ਼ਿਆਦਾ ਪੰਜਾਬੀ ਵੱਸਦੇ ਆ 397,000 ਤੇ 1,9,865 397,865 BC ਨੰਬਰ 2 ਆ 315,000 ਤੇ ਅਲਬਰਟਾ ਨੰਬਰ 3 ਆ 126,305 ਸੋ ਇਹ 3 ਸੂਬੇ ਆ ਮੇਨ ਪੰਜਾਬੀ ਵਾਲੇ ਬਾਕੀ ਸੂਬਿਆਂ 'ਚ ਜਿਵੇਂ ਮੈਨੀਟੋਬਾ 'ਚ 42,000 ਦੇ ਕਰੀਬ ਆ ਤੇ ਨਵਾ ਸਕੋਸ਼ੀਆ 'ਚ 3-4,000 ਦੇ ਕਰੀਬ ਆ ਨਿਊਫਾਊਂਡਲੈਂਡ 'ਚ ਇੰਨੇ ਕੁ ਸੋ ਬਾਕੀ ਸੂਬੇ ਥੋੜ੍ਹੇ ਥੋੜ੍ਹੇ ਆ ਲੇਕਿਨ ਇਹ 3 ਸੂਬੇ ਜਿਹੜੇ ਮੇਨ ਆ ਓਨਟੇਰੀਓ BC ਤਾਂ ਅਲਬਰਟਾ ਇਹ ਆਪਣੀ ਕਮਿਊਨਿਟੀ ਦੇ ਗੜ ਆ ਉਹ ਤਾਂ ਆਪਾਂ ਨੂੰ ਉਵੇਂ ਵੀ ਪਤਾ ਕਿਉਂਕਿ ਓਨਟੇਰੀਓ ਤੁਸੀਂ ਦੇਖਦੇ ਆ ਵੀ ਬ੍ਰਿਟਿਸ਼ ਦਾ ਸ਼ਹਿਰ ਹੀ ਆਪਣਾ ਬਣਿਆ ਆ ਬੀਸੀ ਦਾ ਐਡਮਿਟ ਵਰਗੇ ਸ਼ਹਿਰ 'ਚ ਇੱਧਰ ਅਲਬਰਟਾ ਕੈਲਗਰੀ ਐਡਮਿਟ ਵਗੈਰਾ ਆਪਣੇ ਬਣਵੇ ਆ ਤੇ ਇੱਥੇ ਰਹਿ ਗਏ ਆਪਣੇ ਸਰੀ ਐਬਸਫੋਰਡ ਵਰਗੇ ਸ਼ਹਿਰ ਆਪਣੇ ਆ ਸੋ ਇਹ ਬਹੁਤ ਖੁਸ਼ੀ ਦੀ ਗੱਲ ਆ ਕਿਉਂਕਿ ਸਾਨੂੰ ਬਹੁਤ ਇਸ ਬਾਰੇ ਜਿੱਦਾਂ ਹੈਰਾਨੀ ਸੀ ਵੀ ਇਹ ਕੀ ਹੋ ਗਿਆ ਵੀ ਸਾਡੀ ਕੰਟਰੀ ਘੱਟ ਕੇ ਵੀ ਗਈ 568 ਸੀਗੇ ਅਸੀਂ 2016 'ਚ ਉਹ 520 ਚਲੇ ਗਏ ਉਹ ਜਿਹੜੇ ਅੰਕੜੇ ਆ ਉਹ ਅਸੀਂ ਕਲਾਈਟ ਪੰਜਾਬ ਲਈਏ ਤਾਂ ਹੁਣ ਸਾਰੇ ਸਟੇਟ ਹੋ ਗਏ ਆ ਇਸ ਬਾਰੇ ਸਾਨੂੰ ਬਹੁਤ ਖੁਸ਼ੀ ਆ ਔਰ ਅਸੀਂ ਤੁਹਾਡੇ ਥਰੂ ਪਬਲਿਕ ਨਾਲ ਸਾਂਝ ਕਰਨੀ ਚਾਹੁੰਦੇ ਹਾਂ ਔਰ ਤੁਹਾਡਾ ਵੀ ਬਹੁਤ ਧੰਨਵਾਦ ਆ ਪੁਨੀਤ ਕਿਉਂਕਿ ਸਾਡੀ ਆਪਣੇ ਸਾਊਥ ਏਸ਼ੀਅਨ ਮੀਡੀਆ ਨੇ ਬਹੁਤ ਇਲੈਕਟ੍ਰੋਨਿਕ ਔਰ ਪ੍ਰਿੰਟ ਸਾਰਿਆਂ ਨੇ ਬਹੁਤ ਮਦਦ ਕੀਤੀ ਤੁਸੀਂ ਸਾਰਿਆਂ ਨੇ ਬਹੁਤ ਸਾਡੇ ਨਾਲ ਜਿੱਦਾਂ ਹੰਭਲਾ ਮਾਰਿਆ ਸੋ ਸਾਨੂੰ ਬੜੀ ਖੁਸ਼ੀ ਦੀ ਗੱਲ ਆ ਕਿ ਜੇ ਆਪਾਂ ਰਲ ਮਿਲ ਕੇ ਹੰਭਲਾ ਮਾਰਿਆ ਸੀਗਾ ਤਾਂ ਉਹਦੇ ਰਿਜ਼ਲਟ ਵੀ ਬਹੁਤ ਸੋਹਣੇ ਆ ਜੀ ਬਿਲਕੁਲ ਕਿਉਂਕਿ ਜਿਵੇਂ ਵੱਡੀ ਗਿਣਤੀ ਵਿੱਚ ਇਸ ਸਮੇਂ ਵਪਾਰ ਵੀ ਪੰਜਾਬੀਆਂ ਦੇ ਵੱਧ ਰਹੇ ਨੇ ਤੇ ਜਿਵੇਂ ਤੁਸੀਂ ਕਿਹਾ ਸਾਊਥ ਏਸ਼ੀਅਨ ਮੀਡੀਆ ਤੇ ਮੀਡੀਆ ਦੀ ਵੀ ਕਾਫੀ ਜ਼ਿਆਦਾ ਇਸ ਵਿੱਚ ਯੋਗਦਾਨ ਹੈ ਕਿਉਂਕਿ ਜਦੋਂ ਇਹ ਸੈਂਸਸ ਕਰਵਾਇਆ ਗਿਆ ਸੀ ਉਸ ਸਮੇਂ ਮੀਡੀਆ ਨੇ ਪੰਜਾਬੀ ਭਾਈਚਾਰੇ ਤੱਕ ਲਗਾਤਾਰ ਜਾਣਕਾਰੀ ਪਹੁੰਚਾਈ ਹੈ ਕਿ ਤੁਸੀਂ ਇਸ ਦੇ ਵਿੱਚ ਹਿੱਸਾ ਜ਼ਰੂਰ ਲਓ ਤੇ ਉੱਥੇ ਇਹ ਜਾਣਕਾਰੀ ਜ਼ਰੂਰ ਦਿੱਤੀ ਜਾਵੇ ਕਿ ਤੁਸੀਂ ਪੰਜਾਬੀ ਹੋ ਤੇ ਪੰਜਾਬੀ ਬੋਲਦੇ ਹੋ ਬਿਲਕੁਲ ਔਰ ਇਸ ਵੇਲੇ ਪੰਜਾਬੀ ਰੁਜ਼ਗਾਰ ਦੀ ਭਾਸ਼ਾ ਬਣ ਗਈ ਆ ਪੁਨੀਤ ਜਿੱਦਾਂ ਆਪਣੇ ਮੈਟਰੋ ਵੈਨਕੂਵਰ ਲੈ ਲਓ ਟੋਰਾਂਟੋ ਆਪਣਾ ਬਰੈਂਪਟਨ ਮਿਸੀਸਾਗਾ ਔਰ ਇੱਧਰ ਐਡਮਿੰਟਨ ਕਲਗਰੀ ਵਗੈਰਾ ਇਹਨਾਂ ਸ਼ਹਿਰਾਂ 'ਚ ਆਪਣੀ ਪੰਜਾਬੀ ਇਸ ਵੇਲੇ ਰੁਜ਼ਗਾਰ ਦੀ ਭਾਸ਼ਾ ਬਣ ਗਈ ਔਰ ਦਰਬਾਰੇ ਸਰਕਾਰੀ ਦਰਬਾਰੇ ਪੰਜਾਬੀ ਦੀ ਬਹੁਤ ਬੁਕਤ ਆ ਕਿਉਂਕਿ ਇਹਦੇ ਨਾਲ ਪੁਨੀਤ ਹਰ ਪਿੰਡਾ ਗੌਰਮੈਂਟ ਕੋਲ ਵੀ ਆਂਕੜੇ ਜਾਂਦੇ ਆ ਉਹਨਾਂ ਨੂੰ ਉਹ ਦੂਰੀ ਦੇਖਣਾ ਹੁੰਦਾ ਵੀ ਕਿੱਥੇ ਕਿੱਥੇ ਆਪਣੀ ਆਬਾਦੀ ਕਿਹੜੀ ਕਿਹੜੀ ਜ਼ਬਾਨ ਬੋਲਦੇ ਆ ਉਹਦੇ ਮੁਤਾਬਕ ਉਹ ਆਪਾਂ ਨੂੰ ਸਰਵਿਸਿਸ ਦਿੰਦੇ ਆ ਆਪਣੇ ਹੋਸਪਿਟਲ ਆਪਣੇ ਸਕੂਲ ਤੇ ਕਮਿਊਨਿਟੀ ਸੈਂਟਰ ਵਗੈਰਾ ਉੱਥੇ ਗੌਰਮੈਂਟ ਦਾ ਪਲਾਨ ਕਰਦੀਆਂ ਸੋ ਹਰ ਇੱਕ ਲੈਵਲ ਤੇ ਫੈਡਰਲ ਪ੍ਰੋਵਿੰਸ਼ੀਅਲ ਤਾਂ ਲੋਕਲ ਮਿਊਨਸਿਪਲ ਲੈਵਲ ਤੇ ਇਹ ਜਿਹੜੇ ਅੰਕੜੇ ਆ ਇਹਨਾਂ ਦੀ ਬਹੁਤ ਮਹੱਤਤਾ ਔਰ ਇਹਨਾਂ ਦਾ ਬਹੁਤ ਸਾਨੂੰ ਫਾਇਦਾ ਹੁੰਦਾ ਸੋ ਜਦ ਅਸੀਂ ਦੇਖਦੇ ਹਾਂ ਕਿ ਸਾਡੀ ਪੰਜਾਬੀ ਕਮਿਊਨਿਟੀ ਫਟਾਫਟ ਵੱਧ ਰਹੀ ਆ ਉਹ ਸਾਨੂੰ ਬਹੁਤ ਹੌਸਲਾ ਮਿਲਦਾ ਔਰ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਬਿਲਕੁਲ ਕਿਉਂਕਿ ਜਿਵੇਂ ਜਿਵੇਂ ਅੱਗੇ ਹੋਰ ਨੌਜਵਾਨ ਪੜ੍ਹੇ ਲਿਖੇ ਆ ਰਹੇ ਨੇ ਕੈਨੇਡਾ ਦੇ ਵਿੱਚ ਪੱਕੇ ਹੋ ਰਹੇ ਨੇ ਪਰਿਵਾਰ ਆ ਰਹੇ ਨੇ ਤਾਂ ਉਹਨਾਂ ਨੂੰ ਜਾਣਕਾਰੀ ਵੀ ਹੋਰ ਜ਼ਿਆਦਾ ਹੈ ਕਿ ਜਿਹੜੀਆਂ ਸਰਕਾਰੀ ਸਹੂਲਤਾਂ ਮਿਲਦੀਆਂ ਨੇ ਉਹਨਾਂ ਦਾ ਲਾਹਾ ਕਿਵੇਂ ਲੈਣਾ ਹੈ ਕਿ ਜਿਵੇਂ ਸਰਕਾਰ ਦੇ ਵੱਲੋਂ ਜਿਹੜੀ ਕਮਿਊਨਿਟੀ ਸਰਵਿਸ ਦਿੱਤੀਆਂ ਜਾਂਦੀਆਂ ਨੇ ਨਵੇਂ ਆਉਣ ਵਾਲਿਆਂ ਦੇ ਵਾਸਤੇ ਉਹਨਾਂ ਨੂੰ ਨੌਕਰੀ ਲੱਭਣ ਵਿੱਚ ਰਹਿਣ ਵਿੱਚ ਤੇ ਹੋਰ ਮਦਦ ਦਿੱਤੀ ਜਾਂਦੀ ਹੈ ਇੱਥੋਂ ਤੱਕ ਕਿ ਅੰਗਰੇਜ਼ੀ ਭਾਸ਼ਾ ਸਿਖਾਉਣ ਦੇ ਵਿੱਚ ਵੀ ਮਦਦ ਦਿੱਤੀ ਜਾਂਦੀ ਹੈ ਜੋ ਅੱਗੇ ਤੋਂ ਅੱਗੇ ਇਹ ਜਾਣਕਾਰੀ ਹੋਰ ਫੈਲਦੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਜੋ ਪੰਜਾਬੀ ਵੱਧ ਚੜ ਕੇ ਇਹਨਾਂ ਸਹੂਲਤਾਂ ਦਾ ਲਾਹਾ ਵੀ ਲੈ ਰਹੇ ਨੇ ਹਾਂਜੀ ਬਿਲਕੁਲ ਤੁਹਾਡੀ ਗੱਲ ਰਾਈਟ ਹੈ ਔਰ ਅਸੀਂ ਤੁਹਾਡੇ ਸਾਰਿਆਂ ਦੇ ਮੀਡੀਆ ਦੇ ਬਹੁਤ ਧੰਨਵਾਦੀ ਹਾਂ
क्योंकि मीडिया ही साडा मैसेज जिहड़ा पहुंचाउंदा कम्यूनिटी ताईं, और कम्यूनिटी ने बहुत सोहनी रिस्पोंस दित्ती आ। और एक होर गल आ प्रनीत, आपां चेते रखना चाहीदा कि असीं हर वेले यही कहिंदे हुण जिहड़ा वर्क दा 2026 च सेंसस होणा नेक्स्ट वन, जिहड़ा भी जिहड़ा इंसान प्रनीत उस वेले कैनेडा दी धरती आ, पता नहीं तुहाडा कोई भी स्टेटस आ, तुसीं कैनेडियन सिटीजन आ, पी आर आ, स्टूडेंट आ, वर्क परमिट ते आए आ, या अपने फॉरेन वर्कर की फॉरेन वर्कर वगैरह जो भी कैटेगरी आ, जिहड़ा भी बंदा जिहड़ा भी इंसान मर्द औरत बच्चा उस दिन इस धरती दे उत्ते आ कैनेडा दी धरती ते, वह ये जिहड़ा सेंसस आ इह च हिस्सा लै सकदा, ਉਹ ਗਿਣੇ ਜਾ ਸਕਦਾ। ਸੋ ਇਸ ਕਰਕੇ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਹੁਣ ਤੋਂ ਹੀ ਵੀ ਜ਼ਰੂਰ ਜਦੋਂ ਆਉਣਾ ਬੈਸਟ ਆਪਣਾ ਸੈਂਸਸ, ਉਹ 'ਚ ਜ਼ਰੂਰ ਹਿੱਸਾ ਲਵੋ। ਔਰ ਅਸੀਂ ਜਿਹੜੇ ਸੈਂਸਸ ਅਫੀਸ਼ੀਅਲਸ ਆ ਉਹਨਾਂ ਨੂੰ ਇੱਕ ਹੋਰ ਬੇਨਤੀ ਕਰ ਰਹੇ ਹਾਂ, ਕਿਉਂਕਿ ਜਿਹੜਾ ਔਨਲਾਈਨ ਸੀਗਾ ਨਾ ਇਤਨੀ ਜ਼ਿਆਦਾ, ਅਤੇ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਪੇਪਰ ਫਾਰਮ ਵੀ ਚਾਹੀਦਾ, ਉਹ ਵੀ ਉਹਨੀ ਪ੍ਰੋਵਾਈਡ ਵੀ ਕੀਤੇ ਆ, ਅਤੇ ਹੋ ਸਕਦਾ 2026 'ਚ ਵੀ ਅਸੀਂ ਇਹੀ ਕਹਾਂਗੇ ਕਿ ਠੀਕ ਆ ਔਨਲਾਈਨ ਕਰੋ, ਲੇਕਿਨ ਆਪਣੀ ਕਮਿਊਨਿਟੀ ਹਾਲੇ ਇੰਨੀ ਜਾਗਰੂਕ ਨਹੀਂ, ਜਿੱਦਾਂ ਖਾਸ ਕਰ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਜਿੱਦਾਂ ਕੰਪਿਊਟਰ ਸੈਵੀ ਨੇ। ਸੋ ਇਸ ਕਰਕੇ ਅਸੀਂ ਫਿਰ ਉਹਨਾਂ ਨੂੰ ਕਹਿਣਾ ਜਿਹੜੇ ਸਟੇਟ ਕੈਨੇਡਾ ਦੇ ਟੋਪ ਅਫੀਸ਼ੀਅਲਸ, ਬਈ ਠੀਕ ਆ ਔਨਲਾਈਨ ਵੀ ਕਰੋ, ਲੇਕਿਨ ਉਹਦੇ ਨਾਲ ਤੁਸੀਂ ਪੇਪਰ ਫਾਰਮ ਵੀ ਪੇਪਰ ਭੇਜੋ, ਤਾਂ ਕਿ ਬੰਦੇ ਇਨਸਾਨ ਕੋ ਆਪਣੇ ਸ਼ਹਿਰੀਆਂ ਕੋਲ ਜਾਂ ਜਿਹੜੇ ਆਪਾਂ ਰਹਿੰਦੇ ਹਾਂ ਕੈਨੇਡੀਅਨ ਵਾਸੀਆਂ ਕੋਲ ਉਹ ਆਪਸ਼ਨ ਹੋਵੇ। ਜੀ ਬਿਲਕੁਲ, ਕਿਉਂਕਿ ਕੁਝ ਸਾਲ ਪਹਿਲਾਂ ਤੱਕ ਦੀ ਗੱਲ ਹੈ ਜਦੋਂ ਗੂਗਲ ਦੇ ਉੱਤੇ ਵੀ ਆਪਾਂ ਸਰਚ ਕਰਦੇ ਸੀ ਕਿ ਕੈਨੇਡਾ ਵਿੱਚ ਕਿੰਨੇ ਪੰਜਾਬੀ ਨੇ, ਤਾਂ ਤਕਰੀਬਨ 2 ਲੱਖ ਦੀ ਗਿਣਤੀ ਕਈ ਸਾਲ ਤੱਕ ਚੱਲੀ ਹੈ, ਪਰ ਹੁਣ ਇੱਕਦਮ ਵਾਧਾ ਹੋਇਆ। ਤੁਸੀਂ ਇੰਨੇ ਸਾਲਾਂ ਤੋਂ ਦੇਖਦੇ ਆ ਰਹੇ ਹੋ, ਤੁਹਾਨੂੰ ਇਹ ਕਿਸ ਤਰ੍ਹਾਂ, ਤੁਸੀਂ ਇੱਕ ਸਰਪ੍ਰਾਈਜ਼ ਦੀ ਤਰ੍ਹਾਂ ਦੇਖਦੇ ਹੋ ਜਾਂ ਫਿਰ ਤੁਹਾਨੂੰ ਪਹਿਲਾਂ ਤੋਂ ਲੱਗਦਾ ਸੀ ਕਿ ਇੱਕਦਮ ਇਸ ਸਮੇਂ ਦੇ ਵਿੱਚ ਇਸ ਤਰ੍ਹਾਂ ਹੋਣ ਵਾਲਾ ਕਿ ਆਪਣਾ ਭਾਈਚਾਰਾ ਇੰਨੇ ਵੱਡੇ ਪੱਧਰ ਦੇ ਉੱਤੇ ਗਿਣਤੀ ਵਧਣ ਵਾਲੀ ਹੈ? ਨਹੀਂ, ਸਾਨੂੰ ਉਮੀਦ ਸੀਗੀ ਔਰ ਸਾਨੂੰ ਪਤਾ ਵੀ ਸੀਗਾ ਵੀ ਹੋ ਰਿਹਾ, ਕਿਉਂਕਿ ਖਾਸ ਕਰ ਪੰਜਾਬ ਵਿੱਚ ਪ੍ਰਨੀਤ ਕੈਨੇਡਾ ਨੰਬਰ 1 ਇਮੀਗ੍ਰੇਸ਼ਨ ਡੈਸਟੀਨੇਸ਼ਨ ਹੈ। ਹੁਣ ਤੁਸੀਂ ਸਟੂਡੈਂਟ ਹੀ ਦੇਖੋ, ਆਪਣੇ ਪਿਛਲੇ 4-5 ਸਾਲਾਂ 'ਚ 2-2.5 ਲੱਖ ਸਟੂਡੈਂਟ ਆ ਗਏ ਪੰਜਾਬ ਤੋਂ, ਮੋਸਟਲੀ ਪੰਜਾਬੀ ਹੈ। ਤੋ ਇਸ ਕਰਕੇ ਜਿੱਦਾਂ ਈਵਨ ਸਾਰੇ ਇੰਡੀਆ 'ਚ ਵੀ ਹੁਣ ਕੈਨੇਡਾ ਪਹਿਲਾ ਡੈਸਟੀਨੇਸ਼ਨ ਆ, ਕਿਉਂਕਿ ਇੱਕ ਤਾਂ ਆਪਣੀ ਕਮਿਊਨਿਟੀ ਇੱਥੇ ਵੈਲ ਇਸਟੈਬਲਿਸ਼ਡ ਆ, ਦੂਜੇ ਸਹੂਲਤਾਂ ਬਹੁਤ ਆ, ਔਰ ਇਸਦੇ ਮੁਲਕ ਵੀ ਬਹੁਤ ਚੰਗਾ, ਇੱਕ ਮਲਟੀਕਲਚਰਲ ਕੰਟਰੀ ਆ। ਔਰ ਅਸੀਂ ਇੱਕ ਹੋਰ ਗੱਲ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਪ੍ਰਨੀਤ ਪਲੀ ਵੱਲੋਂ, ਪੰਜਾਬੀ ਲੈਂਗੁਏਜ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ, ਕਿ ਸਾਨੂੰ ਜਿਹੜੀ ਆਪਣੀਆਂ ਫੋਰਨ ਆਪਾਂ ਨੂੰ ਹਾਲੇ ਵੀ ਪੰਜਾਬੀ ਜਾਂ ਦੂਜੀਆਂ ਜ਼ਬਾਨਾਂ ਜਿਹੜੀਆਂ ਨਾ ਮੈਂਡਰਨ ਟੈਗਾਲੋਗ ਵਗੈਰਾ, ਇਹਨਾਂ ਨੂੰ ਫੋਰਨ ਲੈਂਗੁਏਜ ਵਿਦੇਸ਼ੀ ਭਾਸ਼ਾਵਾਂ ਸਮਝਿਆ ਜਾਂਦਾ। ਅਸੀਂ ਗੌਰਮੈਂਟ 'ਤੇ ਇਹ ਜ਼ੋਰ ਪਾ ਰਹੇ ਹਾਂ ਵੀ ਹੁਣ ਮਲਟੀਕਲਚਰ ਕੰਟਰੀ ਆ, ਇਹ ਇੱਕ ਮਲਟੀਕਲਚਰਲ ਕੰਟਰੀ ਆ, ਇਸ ਕਰਕੇ ਸਾਡੀਆਂ ਜਿਹੜੀਆਂ ਭਾਸ਼ਾਵਾਂ ਉਹਨਾਂ ਨੂੰ ਵੀ ਕੈਨੇਡੀਅਨ ਭਾਸ਼ਾਵਾਂ ਵਾਂਗੂ ਸਮਝਣਾ ਚਾਹੀਦਾ। ਜੀ ਬਿਲਕੁਲ, ਕਿਉਂਕਿ ਇਸ ਸਮੇਂ ਇਹ ਵੀ ਹੈ ਕਿ ਜਿਹੜੀਆਂ ਹੋਰ ਭਾਸ਼ਾਵਾਂ ਅਸੀਂ ਉਹਨਾਂ ਨੂੰ ਵੀ ਉਨੀ ਹੀ ਇੱਜ਼ਤ ਦਈਏ ਜਿੰਨੀ ਅਸੀਂ ਆਪਣੀ ਭਾਸ਼ਾ ਨੂੰ ਦਿੰਦੇ ਹਾਂ। ਬਿਲਕੁਲ ਜੀ ਬਿਲਕੁਲ, ਅਸੀਂ ਤਾਂ ਹਮੇਸ਼ਾ ਇਹੀ ਕਿਹਾ ਹਰ ਇੱਕ ਜਿਹੜੇ ਆਪਣੇ ਨੂੰ ਹਰ ਇੱਕ ਨੂੰ ਆਪਣੀ ਮਾਂ ਬੋਲੀ ਪਿਆਰੀ ਹੁੰਦੀ ਆ, ਇਸ ਕਰਕੇ ਅਸੀਂ ਪੰਜਾਬੀ ਵੀ ਪ੍ਰਮੋਟ ਕਰਦੇ ਪ੍ਰਨੀਤ, ਅਸੀਂ ਕਹਿੰਦੇ ਅਸੀਂ ਪੰਜਾਬੀ ਪ੍ਰਮੋਟ ਕਰਦੇ ਹਾਂ ਕਿਉਂਕਿ ਸਾਡੀ ਮਾਂ ਬੋਲੀ ਆ, ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਹੋਰ ਜ਼ਬਾਨ ਨੂੰ ਅਸੀਂ ਡਾਊਨ ਪਲੇ ਕਰਦੇ ਹਾਂ, ਹਰ ਇੱਕ ਜ਼ਬਾਨ ਦਾ ਪੂਰਾ ਅਸੀਂ ਸਤਿਕਾਰ ਕਰਦੇ ਹਾਂ। ਸੋ ਇਹ ਹਮੇਸ਼ਾ ਅਸੀਂ ਕਹਿੰਦੇ ਬਿਲਕੁਲ, ਕਿਉਂਕਿ ਜਿਵੇਂ ਇਸ ਸਮੇਂ ਕੈਨੇਡਾ ਵਿੱਚ ਵੱਖੋ ਵੱਖਰੇ ਜਿਹੜੇ ਧਰਮਾਂ ਤੋਂ ਵੱਖੋ ਵੱਖਰੇ ਭਾਈਚਾਰਿਆਂ ਤੋਂ ਲੋਕ ਆ ਕੇ ਵੱਸ ਰਹੇ ਨੇ, ਤੇ ਜਿਵੇਂ ਹੁਣ ਤੁਸੀਂ ਇਸ ਜਾਣਕਾਰੀ ਦੇ ਬਾਰੇ ਵੀ ਸਾਂਝਾ ਕੀਤਾ ਕਿ ਲੱਖਾਂ ਦੀ ਗਿਣਤੀ ਵਿੱਚ ਇੱਕ ਭਾਈਚਾਰਾ ਤਾਂ ਲੱਖਾਂ ਦੀ ਗਿਣਤੀ ਵਿੱਚ ਦੂਜਾ ਭਾਈਚਾਰਾ, ਤੇ ਹੋਰ ਵੱਡੀ ਗਿਣਤੀ ਭਾਈਚਾਰੇ ਜਿਹੜੇ ਕੈਨੇਡਾ ਦੇ ਵਿੱਚ ਇਸ ਸਮੇਂ ਇਕੱਠੇ ਹੋ ਕੇ ਰਹਿ ਰਹੇ ਨੇ, ਜੋ ਡਾਇਵਰਸਿਟੀ ਹੈ ਇਹੀ ਇੱਥੋਂ ਦੀ ਖੂਬਸੂਰਤੀ ਹੈ, ਤੇ ਉਹ ਬਰਕਰਾਰ ਵੀ ਰਹੇ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ। ਬਿਲਕੁਲ ਜੀ ਬਿਲਕੁਲ ਜੀ ਜੀ ਬਿਲਕੁਲ, ਤੇ ਅੰਤ ਵਿੱਚ ਮੇਰੇ ਤੋਂ ਕੁਝ ਹੋਰ ਪੁੱਛਣ ਤੋਂ ਰਹਿ ਗਿਆ, ਤੁਸੀਂ ਆਪਣੇ ਵੱਲੋਂ ਦੱਸਣਾ ਚਾਹੁੰਦੇ ਹੋ? ਅਸੀਂ ਬਹੁਤ ਧੰਨਵਾਦੀ ਹਾਂ ਤੁਹਾਡੇ ਸਾਰੇ ਮੀਡੀਆ ਦੇ, ਤੁਹਾਡੇ ਵੀ ਜਿਹਨਾਂ ਨੇ ਸਾਡੇ ਨਾਲ ਹੰਭਲਾ ਮਾਰਿਆ, ਔਰ ਇਸੇ ਤਰ੍ਹਾਂ ਆਪਾਂ ਇਹ ਹੋਰ ਹੰਭਲਾ ਮਾਰ ਦਈਏ ਰਲ ਮਿਲ ਕੇ, ਕਿਉਂਕਿ ਇਹ ਜਿਹੜਾ ਕਾਮਨ ਕਾਜ਼ ਹੈ ਆਪਣਾ, ਮਾਂ ਬੋਲੀ ਨੂੰ ਆਪਾਂ ਸਾਰੇ ਪਿਆਰ ਕਰਦੇ ਹਾਂ, ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਆਪਾਂ ਸਾਰੇ ਇਕੱਠੇ ਹੋ ਕੇ ਇਹ ਹੰਭਲਾ ਜਿਹੜੀ ਆਪਣੀ ਕੋਸ਼ਿਸ਼ ਆ ਇਹ ਜਾਰੀ ਰੱਖੀਏ,
एक बार फिर साहब का बहुत बहुत धन्यवाद प्रदीप जी थोड़ा भी बहुत बहुत धन्यवाद, तुसी अपना कीमती समा कढ के साडे नाल गलबात कीती। जिवें कि तुसी इह सुणिया वड्डी गिणती विच इस समय नौकरियां भी कैनेडा भर च मौजूद ने जिहड़ियां कि पंजाबी बोलण वालियां दे लई भी खास तौर दे उत्ते ने, ते पंजाबी भाषा विच वक्खो वक्खरियां सहूलतां दित्तियां जा रहियां ने। कैनेडा विच करीब हर शहर दे विच ही पंजाबी तां हुण मिल ही जांदे ने, ते इस दे नाल ही वड्डे शहरां विच पंजाबी विच लिखे होए बोर्ड भी, साइन बोर्ड भी जो आम ही मिल जांदे ने, ते कई स्ट्रीट्स दे नाम भी पंजाबी भाईचारे दे कई शख्सियतों के नाम के उत्ते जां गुरुआं दे नाम के उत्ते रखे गए ने। तो इस नाल ही पंजाबी भाईचारे विच जो लगातार उन्हां दी गिणती विच वाधा हुंदा जा रहा है, तो एक खूबसूरत तस्वीर कैनेडा दे विच दिखाई दे रही है। तो इस नाल ही पंजाबी तरक्कियां भी बहुत कर रहे ने, जिवें कि असीं तुहाडे नाल हजे एक दिन पहलां ही जानकारी सांझी कीती है कि ब्रिटिश कोलंबिया दे शहर विलियम्स लेक तो जो एक पंजाबी मेयर बने ने, पहली बार अजिहा होया कि उत्थे जो किसी होर भाईचारे दे विचों कोई मेयर बने है, ते सुरेंद्र पाल राठौर जो कि उत्थे दे मेयर बन गए ने। जिवें कि हुण कई शहरां दे विच वोटिंग हुई सी ते उस तो बाद मेयर चुने गए ने, तां विलियम्स लेक दे मेयर ने जो सुरेंद्र पाल राठौर चुने गए, जो कि एक इतिहास दे विच नाम भी दर्ज हो गया उन्हां दे कैनेडा च, कि जो पंजाबियां ने कैनेडा विच हुण तक मल्लां मारियां ने उन्हां दे विच उन्हां दा नाम जिथे एक पासे दर्ज हो गया। तां नाल ही जो एक खूबसूरत तस्वीर भी सामने आउंदी है कि वक्खो वक्खरे वड्डे अहुदिआं दे उत्ते पंजाबी किस तरह काबज़ हो रहे ने, ते भाईचारे दे विच जिवें ही गिणती वध रही है ते भाईचारा वड्डा हुंदा जा रहा है कैनेडा दे अंदर, तां इस दे नाल ही सरकार वल्लों दित्तियां जा रहियां सहूलतां दे विच वी वाधा हो रहा है। ते इह जरूरी भी है कि जदों भी मरदमशुमारी हुंदी है जिहड़े भी पंजाबी परिवार ने उस दे विच भाग जरूर लैण, ते इस दे बारे जानकारी जरूर भरी जावे कि जेकर उह पंजाबी बोलदे समझदे ते उह पंजाबी परिवारां दे विचों ने, तां कि पंजाबियां दी जो गिणती है इह अंकड़ा है स्पष्ट तौर दे उत्ते सामने आ सके कि किन्नी कु गिणती विच पंजाबी ने जो जां होर वी भाईचारियां तों जिहड़े लोक ने उह आपो अपने भाईचारे दे बारे जानकारी जरूर सांझी करन, तां कि उस संबंधी स्पष्ट अंकड़े सामने आ सकन कि किन्नी गिणती है कि उह इस देश दे विच मौजूद ने। इस दे नाल ही अगे थोड़े नाल असीं होर जानकारी सांझी करांगे, तुसीं देखदे रहो PNCN।